ਉਹਨਾਂ ਨੂੰ ਪੁੱਛਦੇ ਆ ਅੱਜ ਭਗਤ ਸਿੰਘ ਜੀ ਦਾ ਕਿਹੜਾ ਦਿਹਾੜਾ ਮਨਾਇਆ ਜਾ ਰਿਹਾ 113ਵਾਂ 113ਵਾਂ ਉਹਨਾਂ ਦਾ ਜਨਮ ਦਿਨ ਦਿਹਾੜਾ ਕਿੰਨਵਾਂ ਹੈਗਾ ਵਾ 113ਵਾਂ 113ਵਾਂ ਦਿਹਾੜਾ ਹੈਗਾ ਕਿੰਨਵਾਂ ਦਿਹਾੜਾ ਹੈਗਾ ਬਸ ਇਹਨਾਂ ਨੇ ਪੁੱਛਿਆ ਹਾਂਜੀ ਕਿੰਨਵਾਂ ਦਿਹਾੜਾ ਹੈਗਾ ਤੁਸੀਂ ਅੱਜ ਫੁੱਲ ਪੇਟ ਕੀਤੇ ਹੈਗੇ ਨੇ ਸਰ ਮੈਂ ਤਾਂ ਫਸਟ ਟਾਈਮ ਹੀ ਆਈ ਹਾਂ ਸਰ ਮੈਂ ਤਾਂ ਫਸਟ ਟਾਈਮ ਹੀ ਆਈ ਹਾਂ ਤੁਹਾਨੂੰ ਪਤਾ ਕਿੰਨੇ ਕਿਦੋਂ ਹੋਏ ਸੀ ਇਹ ਵੀ ਨਹੀਂ ਮੈਨੂੰ ਪਤਾ ਅੱਜ ਦੇਸ਼ ਭਗਤੀ ਜਯੰਤੀ ਹੈਗੀ ਹੈ 2007 ਚ ਇਹਨਾਂ ਦਾ ਹੋਇਆ ਸੀ ਹੁਣ ਤੁਸੀਂ ਕੀ ਜਾਨਣਾ ਚਾਹੁੰਦੇ ਹੋ ਜਨਮ ਦਿਨ ਕਿੰਨਵਾਂ ਹੈਗਾ 2007 ਤੁਹਾਨੂੰ ਕਹਿਤਾ ਸੀ ਹੋਇਆ ਸੀ ਇੱਕ ਮਿੰਟ ਬਾਜੀ 2007 ਤੇ ਹਾਂਜੀ अज शहीद आजम भगत सिंह जी का जन्मदिन दिहाड़ा है तो कई वालों फुल भेट किए जा रहे हैं उधर महिला कांग्रेस वालों भी फुल भेट किए जाते हैं इन्हों पुछते हैं अज भगत सिंह जी का किहड़ा दिहाड़ा मनाया जा रहा है अज असी शहीद आजम भगत सिंह का जन्मदिन मना रहे हैं सारे रल के एकता दिलों असी नमन करते हैं ऐसे महान योद्धा सल्यूट है दिल तो सल्यूट करते हैं ਜਿਨ੍ਹਾਂ ਦੇ ਕਰਕੇ ਅੱਜ ਅਸੀਂ ਆਜ਼ਾਦ ਹਵਾ 'ਚ ਘੁੰਮ ਰਹੇ ਹਾਂ ਅਸੀਂ ਤੁਸੀਂ ਅੱਜ ਉਹਨਾਂ ਦਾ ਜਨਮ ਦਿਨ ਦਿਹਾੜਾ ਕਿੰਨਵਾਂ ਹੈਗਾ ਵਾ 113ਵਾਂ 113ਵਾਂ ਦਿਹਾੜਾ ਹੈਗਾ ਕਿੰਨਵਾਂ ਦਿਹਾੜਾ ਹੈਗਾ ਬਸ ਇਹਨਾਂ ਨੇ ਪੁੱਛਿਆ ਤੁਸੀਂ ਦੇਖ ਰਹੇ ਹੋ ਇਹ ਮਹਿਲਾ ਕਾਂਗਰਸ ਹੈ ਕਿੰਨਾਂ ਨੂੰ 113ਵਾਂ ਦਿਹਾੜਾ ਅਸੀਂ ਹੋਰ ਵੀ ਪੁੱਛਦੇ ਹਾਂ ਇੱਥੇ ਕਿ ਅੱਜ ਸ਼ਹੀਦ ਆਜ਼ਮ ਜੀ ਦਾ ਹਾਂਜੀ ਕਿੰਨਵਾਂ ਦਿਹਾੜਾ ਹੈਗਾ ਤੁਸੀਂ ਅੱਜ ਫੁੱਲ ਪੇਟ ਕੀਤੇ ਹੈਗੇ ਨੇ ਸਰ ਮੈਂ ਤਾਂ ਫਸਟ ਟਾਈਮ ਹੀ ਆਈ ਹਾਂ ਮੈਨੂੰ ਫਸਟ ਟਾਈਮ ਆਏ ਹੋ ਤੁਸੀਂ ਐਜੂਕੇਸ਼ਨ ਕੀਤੀ ਹੈ ਤੁਹਾਨੂੰ ਇਹ ਪਤਾ ਹੋਏਗਾ ਕਿੰਨਵਾਂ ਦਿਹਾੜਾ ਮਨਾਇਆ ਜਾ ਰਿਹਾ ਸਰ ਮੈਨੂੰ ਨਹੀਂ ਪਤਾ ਫੁੱਲ ਪੇਟ ਕਿਤੇ ਤੁਹਾਨੂੰ ਨਹੀਂ ਪਤਾ ਸ਼ਹੀਦ ਆਜ਼ਮ ਜੀ ਦਾ ਕਿੰਨਾ ਦਿਹਾੜਾ ਸਰ ਨਹੀਂ ਤੁਸੀਂ ਦੇਖ ਰਹੇ ਹੋ ਅਸੀਂ ਹੋਰ ਵੀ ਪੁੱਛਦੇ ਹਾਂ ਹਾਂਜੀ ਮੈਡਮ ਅੱਜ ਤੁਸੀਂ ਫੁੱਲ ਪੇਟ ਕਿਤੇ ਤੁਸੀਂ ਫੁੱਲ ਪੇਟ ਕਿਤੇ ਹੈਗੇ ਆ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਅੱਜ ਕੀ ਦਿਹਾੜਾ ਮਨਾਇਆ ਜਾ ਰਿਹਾ ਅੱਜ ਸ਼ਹੀਦ ਭਗਤ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਆ ਇਹਨਾਂ ਦੀ ਮੈਂ ਦੇਸ਼ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ ਔਰ ਯੂਥ ਸਾਡਾ ਜਿਹੜਾ ਨੌਜਵਾਨ ਆ ਇਹ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਰਿਹਾ ਆ ਮੈਂ ਉਹਨਾਂ ਜਨਮ ਕਿੰਨਵਾਂ ਜਨਮ ਦਿਨ ਦਿਹਾੜਾ ਮਨਾਇਆ ਜਾ ਸਰ ਮੈਨੂੰ ਇਹਦੇ ਬਾਰੇ 'ਚ ਨਹੀਂ ਪਤਾ ਹੈਗਾ ਅੱਛਾ ਇਹਨਾਂ ਨਹੀਂ ਪਤਾ ਕਿੰਨਵਾਂ ਜਨਮ ਦਿਨ ਬਸ ਇੰਨਾ ਪਤਾ ਸ਼ਹੀਦ ਆਜ਼ਮ ਸਿੰਘ ਜੀ ਦਾ ਭਗਤ ਸਿੰਘ ਹਾਂਜੀ ਹਾਂਜੀ ਇਹਨਾਂ ਨਹੀਂ ਪਤਾ ਕਿੰਨਵਾਂ ਹੈਗਾ ਨਹੀਂ ਇਹਨਾਂ ਪਤਾ ਕਿੰਨਵੇਂ ਕਿਦੋਂ ਹੋਏ ਸੀ ਇਹ ਵੀ ਨਹੀਂ ਮੈਨੂੰ ਪਤਾ ਇਹ ਮਹਿਲਾ ਕਾਂਗਰਸ ਫੁੱਲ ਭੇਟ ਕਰਨ ਤੇ ਆਏ ਨੇ ਆਪਾਂ ਇਹਨਾਂ ਨੂੰ ਪੁੱਛਦੇ ਆ ਮੈਡਮ ਫੁੱਲ ਭੇਟ ਕਰਨ ਆਏ ਹੋ ਅੱਜ ਜਨਮ ਦਿਨ ਦਾ ਦਿਹਾੜਾ ਕਿੰਨਵਾਂ ਹੈ ਮੇਰੀ ਤਬੀਅਤ ਨਹੀਂ ਠੀਕ ਹੈ ਸੌਰੀ ਥੋੜਾ ਜਿਹਾ ਦੱਸੋ ਨਹੀਂ ਚਲੋ ਮੰਨੀ ਵੀ ਕਿੰਨਵਾਂ ਦਿਹਾੜਾ ਮਨਾਇਆ ਜਾ ਰਿਹਾ ਸੌਰੀ ਸਰ ਮੈਂ ਤੁਹਾਨੂੰ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਦੇਖ ਰਹੇ ਹੋ ਸ਼ਹੀਦ ਆਜ਼ਮ ਸਿੰਘ ਭਗਤ ਸਿੰਘ ਜੀ ਦਾ ਦਿਹਾੜਾ ਹੈਗਾ ਵਾ ਜਲੰਧਰ ਪ੍ਰਧਾਨ ਜਲੰਧਰ ਸਾਡਾ ਗੱਲਬਾਤ ਕਰਦੇ ਹੈਗੇ ਆ ਮੈਡਮ ਕਿੰਨਵਾਂ ਦਿਹਾੜਾ ਮਨਾਇਆ ਜਾ ਰਿਹਾ ਭਗਤ ਸਿੰਘ ਜੀ ਦਾ ਤੁਸੀਂ ਫਿਲ ਫੁੱਲ ਭੇਟ ਕਰਨ ਆਏ ਹੋ ਇਸ ਦਾ ਪਤਾ ਤੇ ਹੋਏਗਾ ਅੱਜ ਭਗਤ ਸਿੰਘ ਜੀ ਦਾ ਕੀ ਹੈਗਾ ਅੱਜ ਜਨਮ ਦਿਵਸ ਹੈ ਭਗਤ ਸਿੰਘ ਜੀ ਦਾ ਕਿੰਨਵਾਂ ਦਿਹਾੜਾ ਹੈਗਾ ਅਸੀਂ ਗੱਲਬਾਤ ਕਰਦੇ ਹਾਂ ਮਹਿਲਾ ਕਾਂਗਰਸ ਦੇ ਨਾਲ ਮੈਡਮ ਅੱਜ ਦਿਨ ਕਿਹੜਾ ਵਾ ਅੱਜ ਦੇਸ਼ ਭਗਤੀ ਜਯੰਤੀ ਹੈਗੀ ਹੈ 2007 ਚ ਇਹਨਾਂ ਦਾ ਹੋਇਆ ਸੀ ਹੁਣ ਤੁਸੀਂ ਕੀ ਜਾਨਣਾ ਚਾਹੁੰਦੇ ਹੋ ਜਨਮ ਦਿਨ ਕਿੰਨਵਾਂ ਹੈਗਾ 2007 ਤੁਹਾਨੂੰ ਕਹਿਤਾ ਸੀ ਹੋਇਆ ਸੀ ਇੱਕ ਮਿੰਟ ਭਾਜੀ 2007 ਤੇ ਹਾਂਜੀ ਤੁਸੀਂ ਦੇਖ ਰਹੇ ਹੋ ਇਹ ਕਾਂਗਰਸ ਮਹਿਲਾ ਦਾ ਹਾਂਜੀ ਹਾਂਜੀ ਬੋ ਮੈਂ ਪਹਿਲੇ ਵੀ ਤੁਹਾਡੇ ਕੋਲ ਆਇਆ ਸੀ ਤੁਸੀਂ ਮੈਂ 2 ਮਿੰਟ ਦੇ ਹੈਲੋ ਹਾਂਜੀ ਸਰ ਦੇਖ ਰਹੇ ਹੋ ਕੈਮਰੇ ਤੋਂ ਭੱਜਦੇ ਨਜ਼ਰ ਆ ਰਹੇ ਨੇ ਮਹਿਲਾ ਕਾਂਗਰਸ ਸਾਫ਼ ਨਜ਼ਰ ਭੱਜਦੇ ਨਜ਼ਰ ਆ ਰਹੇ ਨੇ ਤੁਸੀਂ ਦੇਖ ਰਹੇ ਹੋ ਇੱਕ ਪਾਸੇ ਹੁਣ ਤੇ ਮੈਡਮ ਤੁਸੀਂ ਨੈੱਟ 'ਚ ਦੇਖਿਆ ਹੁਣ ਤੇ ਨੈੱਟ 'ਚ ਦੇਖ ਕੇ ਹੁਣ ਦੱਸ ਰਹੇ ਨੇ ਪਹਿਲੇ ਕੈਮਰਿਆਂ ਤੋਂ ਸਾਫ਼ ਨਜ਼ਰ ਭੱਜਦੇ ਆਏ ਨੇ ਮਹਿਲਾ ਕਾਂਗਰਸ ਇੱਕ ਪਾਸੋਂ ਦਿਹਾੜੇ ਦੀ ਇਹ ਫੁੱਲ ਭੇਟ ਕੀਤੇ ਜਾ ਰਹੇ ਨੇ ਇਹਨਾਂ ਨੂੰ ਇਹ ਹੀ ਨਹੀਂ ਪਤਾ ਸ਼ਹੀਦ ਆਜ਼ਮ ਭਗਤ ਸਿੰਘ ਦਾ ਕਿੰਨਵਾਂ ਦਿਹਾੜਾ ਮਨਾਇਆ ਜਾ ਰਿਹਾ ਕਿੰਨਵਾਂ ਨਹੀਂ ਕੈਮਰਾਮੈਨ ਸੁਨੀਤਾ ਦੇ ਨਾਲ ਸੋਨੂ ਮਹਾਜਨ ਪੰਜਾਬ ਕੇਸਰੀ ਟੀਵੀ ਜਲੰਧਰ